ਫਰਕ ਨੀ ਪੈਂਦਾ ਗਿੱਦੜਾ ਦਾ ਜੋ ਟੋਲਾ ਖੈਂਦਾ ਪੰਛੀਆਂ ਨੂੰ ਕੋਈ ਫਰਕ ਨੀ ਪੈਂਦਾ ਗਿੱਦੜਾ ਦਾ ਜੋ ਟੋਲਾ ਖੈਂਦਾ ਓ ਸਾਹਮਣੇ ਜੱਬ ਕੇ ਦਰ ਤੂੰ ਫਰ ਗਿਆ ਹਾਲੇ ਓਲਾ ਰਹਿੰਦਾ ਪਹਿਲਾਂ ਪਿਆਰ ਨਾਲ ਸਮਝਾ ਲੈ ਵੇ ਓ ਸਮਝਾਇਆ ਸੀ ਕਿੱਥੇ ਮੰਨਦੀਆਂ ਨੇ ਇਹ ਜਵਲਾਂ ਜਵਲਾਂ ਅਰਸ਼ ਪੈਨੀਪਾਲ ਫੁੱਦੂ ਤੈਨੂੰ ਜਾਣਦਾ ਉਦੋਂ ਵੀ ਕੋਈ ਨਹੀਂ ਸੀ ਤੇ ਹੁਣ ਅਗਰ ਤੈਨੂੰ ਜਾਣੂਗਾ ਵੀ ਤੈਨੂੰ ਤਾਂ ਹੀ ਜਾਣੂਗਾ ਬੰਦਾ ਕਿਉਂਕਿ ਤੂੰ ਫੁੱਦੂ ਇਨਸਾਨ ਆ ਜੋ ਲੋਕਾਂ ਦੀ ਧੀਆਂ ਭੈਣਾਂ ਦੀ ਇੱਜ਼ਤ ਦੇ ਨਾਲ ਖੇਡਦਾ ਜਿਹੜੀ ਪੜ੍ਹੀ ਲਿਖੀ ਆ ਨਾ ਮੈਜਿਸਟ੍ਰੇਟ ਜੱਜ ਜਿਹੜੀ ਦੱਸਦੀ ਆ ਉਹ ਐਡੇ ਅਹੁਦੇ ਦੀ ਤੂੰ ਬੇਇੱਜ਼ਤੀ ਕਰ ਰਹੀ ਹੈ ਮੈਂ ਉੱਥੋਂ ਦੇ ਜੱਜਸ ਦਾ ਪੈਨਲ ਆ ਨਾ ਜਿਹੜਾ ਯੂਕੇ ਦਾ ਉੱਥੇ ਆਊਂਗਾ ਤੇ ਉਹਨਾਂ ਨੂੰ ਤੇਰੀ ਦੱਸੂੰਗਾ ਜੀ ਦਿਸ ਇਜ਼ ਦਿਸ ਦਿਸ ਐਂਡ ਦਿਸ ਗੋਇੰਗ ਔਨ ਤੇ ਤੂੰ ਮੈਨੂੰ ਫੁੱਦੂ ਕਿਹਾ ਸੀ ਨਾ ਉਹ ਬੇਅਕਲੇ ਉਹ ਤੁਹਾਡਾ ਦੋਨਾਂ ਦਾ ਫੁੱਦੂ ਲਾ ਗਈ ਮੈਂ ਮੈਜਿਸਟ੍ਰੇਟ ਜੱਜ ਜੱਜ ਦਾ ਉਹਦਾ ਪਤਾ ਕਿੱਡਾ ਇੱਕ ਆਨਰੇਬਲ ਅਹੁਦਾ ਉਹ ਜੱਜ ਉਹ ਕਦੇ ਵੀ ਇਹ ਵਨ ਸਾਈਡਡ ਗੱਲ ਸੁਣ ਕੇ ਫੈਸਲੇ ਨਹੀਂ ਲੈਂਦੇ ਪੜ੍ਹੀ ਲਿਖੀ ਅਨਪੜ੍ਹਾਂ ਤੋਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼ ਤੁਹਾਡਾ ਆਪਣਾ ਨਿਊਜ਼ ਲਾਈਨ ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਿਛਲੇ ਕਾਫੀ ਦਿਨਾਂ ਤੋਂ ਅਰਸ਼ ਬੈਨੀਪਾਲ ਦੇ ਇੱਕ ਲੜਕੀ ਨੇ ਵਿਆਹ ਦਾ ਲਾਰਾ ਲਾ ਸਰੀਰਕ ਸ਼ੋਸ਼ਣ ਕਰਨ ਦੇ ਪੈਸੇ ਠੱਗਣ ਦੇ ਆਰੋਪ ਲਾਏ ਸਨ ਜਿਸ ਮਾਮਲੇ ਵਿੱਚ ਅਰਸ਼ ਬੈਨੀਪਾਲ ਨੇ ਆਪਣੇ ਉੱਤੇ ਲੱਗੇ ਇਹਨਾਂ ਸਾਰੇ ਆਰੋਪਾਂ ਦਾ ਜਵਾਬ ਦਿੱਤਾ ਆਓ ਦੇਖਦੇ ਹਾਂ ਅਰਸ਼ ਬੈਨੀਪਾਲ ਦੀ ਇਹ ਵੀਡੀਓ ਪਰ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਇਸ ਤਰ੍ਹਾਂ ਦੀਆਂ ਹਰ ਨਵੀਆਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ ਸਮਝਾਇਆ ਸੀ ਕਿੱਥੇ ਮੰਨਦੀਆਂ ਨੇ ਇਹ ਜਵਲਾਂ ਜਵਲਾਂ ਯਾਰ ਮੇਰੇ ਮੈਨੂੰ ਕਹਿੰਦੇ ਆ ਨਵੇਂ ਜਲਾਰੂ ਕਹਿੰਦੇ ਆ ਜਾਨ ਪਿਆਰੀ ਨਹੀਂ ਲਾਉਣੀ ਜੋ ਸ਼ੇਰ ਨਾ ਪੰਗੇ ਲੈਂਦੇ ਆ ਥੈਂਕ ਯੂ ਸੋ ਮੱਚ ਜਿਹੜੇ ਮੇਰੇ ਭਰਾ ਨੇ ਮੇਰੇ ਵੀਰ ਨੇ ਵੱਡੇ ਛੋਟੇ ਜਿਹੜੇ ਤਾਂ ਮੇਰੇ ਨਾਲ ਨੇ ਜਿਹੜੇ ਮੇਰੇ ਨਾਲ ਵਰਤੇ ਹੋਏ ਨੇ ਜਿਨ੍ਹਾਂ ਨੂੰ ਪਤਾ ਕਿ ਅਰਸ਼ ਕਿੱਦਾਂ ਦਾ ਠੀਕ ਆ ਤੇ ਤੁਹਾਡੇ ਸਾਥ ਲਈ ਜਿਹੜੇ ਮੈਨੂੰ ਨਹੀਂ ਜਾਣਦੇ ਜਿਹੜੇ ਉਹ ਮੇਰੀ ਸਪੋਰਟ ਕਰ ਰਹੇ ਤੇ ਜਿਹੜੇ ਮੈਨੂੰ ਨਹੀਂ ਵੀ ਜਾਣਦੇ ਤੁਸੀਂ ਸਾਰੇ ਹਨ ਜਿਹੜੇ ਮੇਰੇ ਨਾਲ ਵਰਤੇ ਨਹੀਂ ਹੈਗੇ ਜਿਹੜੇ ਉਹ ਭਰਾ ਨੇ ਮੈਨੂੰ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ ਮੇਰੇ ਮਾੜੇ ਟਾਈਮ ਦੇ ਵਿੱਚ ਕਹਿੰਦੇ ਹੁੰਦੇ ਨੇ ਨਾ ਅਸਲੀ ਯਾਰ ਉਦੋਂ ਪਰਖੇ ਜਾਂਦੇ ਨੇ ਜਦੋਂ ਮਾੜਾ ਟਾਈਮ ਚੱਲਦਾ ਹੁੰਦਾ ਸੋ ਮਹਾਰਾਜ ਦੀ ਕਿਰਪਾ ਨਾਲ ਆਪਣੇ 'ਤੇ ਮਾੜਾ ਟਾਈਮ ਨਾ ਆਇਆ ਨਾ ਆਵੇ ਠੀਕ ਹੈ ਇਸ ਜ਼ਿੰਦਗੀ 'ਚ ਨਾ ਇਹ ਸਾਰਾ ਕੁਛ ਚੱਲਦਾ ਰਹਿੰਦਾ ਹੁੰਦਾ ਠੀਕ ਆ ਜ਼ਿੰਦਗੀ 'ਚ ਕਹਿਣ ਦਾ ਮਤਲਬ ਪਰ ਆਹ ਜਿਹੜੀ ਚੀਜ਼ ਆ ਬੇਬੁਨਿਆਦੀ ਚੀਜ਼ ਜਿਹੜੀ ਆਪਣੇ 'ਤੇ ਜਮ੍ਹਾਂ ਹੀ ਥੋਪਤੀ ਮਾਣ ਰੱਖਿਓ ਭਰਾ 'ਤੇ ਜਮ੍ਹਾਂ ਨਹੀਂ ਪਿੱਠ ਲੱਗਣ ਦਿੰਦੇ ਜਮ੍ਹਾਂ ਨਹੀਂ ਦਬ ਰਹੇ ਇਹ ਜਿਹੜੇ ਚਵਲਾਂ ਨੇ ਚਵਲਾਂ ਇਹਨਾਂ ਨੇ ਕਿਹਾ ਹੋਇਆ ਨਾ ਧਿਆਨ ਰੱਖਿਓ ਇਹਨਾਂ ਨੇ ਕਿਹਾ ਹੋਇਆ ਨਾ ਜੋ ਕਹੂਗਾ ਉਹ ਕਰਾਂਗੇ ਆ ਕੋਈ ਗੱਲ ਨਹੀਂ ਗਰਲਸ ਦੇਖਦੇ ਹਾਂ ਇੱਕ ਇਹ ਆ ਜਵਲਾਂ ਕਹਿੰਦੀਆਂ ਸੀ ਕਿਸੇ ਨੇ ਕਹਿੰਦਾ 26 ਸੈਕਟਰ ਤੋਂ ਵੀ ਸਾਡੇ ਨਾਲ ਹੀ ਪੜ੍ਹਦਾ ਸੀ ਅਰਸ਼ ਕਿ ਸਾਨੂੰ ਪਤਾ ਪਹਿਲਾਂ ਤੋਂ ਵੀ ਆਇਆ ਸੀ ਕਹਿੰਦਾ ਵੀ ਸਾਡੇ ਨਾਲ ਰੂਮ 'ਚ ਰਹਿੰਦਾ ਸੀ ਹਾਂਜੀ ਆਇਆ ਉੱਥੇ ਸਾਲਿਆ ਵੀ ਤੇਰੇ ਰੀੜ ਦੀ ਹੱਡੀ ਹੈਗੀ ਆ ਨਾ ਉਹਦੇ ਆਇਆ ਸੀ ਤਾਂ ਮੇਰੇ ਅਫੀਸ਼ੀਅਲ ਫੋਨ ਤੇ ਇੱਕ ਵਾਰ ਫੋਨ ਕਰਦੀ ਕਿ ਮੈਂ ਫਲਾਣਾ ਬੰਦਾ ਵੀ ਮੈਂ ਦੇਖਿਆ ਤੂੰ ਇਹ ਕਰਦਾ ਸੀ ਠੀਕ ਹੈ ਜੇ ਅਸਲੇ ਦਾ ਹੈਗਾ ਨਾ ਤਾਂ ਦੱਸ ਦੀ ਠੀਕ ਹੈ ਉੱਥੇ ਹੀ ਅੱਜਾ ਮੇਰੇ ਸਕੂਲ 'ਚ ਪੁੱਛ ਲਿਓ ਜੀ ਜਿੱਥੇ ਜਿੱਥੇ ਮੈਂ ਪੜ੍ਹਿਆ ਤੁਹਾਨੂੰ ਮੈਂ ਅੱਜ ਦੱਸਣ ਲੱਗਿਆ ਕਿਸੇ ਨੂੰ ਦੱਸਿਆ ਨਹੀਂ ਮੇਰੀ ਸਕੂਲਿੰਗ ਸਭ ਤੋਂ ਪਹਿਲਾਂ ਸ਼ੁਰੂ ਹੋਈ ਸੀ ਜੀ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਰਾੜਾ ਸਾਹਿਬ ਉਸ ਤੋਂ ਬਾਅਦ ਮੈਂ ਪੜ੍ਹਿਆ ਜੀ ਨਨਕਾਣਾ ਸਾਹਿਬ ਇਸਟੜੂ ਚਲੋ ਤਾਂ ਛੋਟੀ ਉਮਰ ਸੀ ਉਦੋਂ ਕੋਈ ਇੱਦਾਂ ਦੀਆਂ ਗੱਲਾਂ ਹੁੰਦੀਆਂ ਨੇ ਚਲੋ ਵੱਡੀ ਉਮਰ ਆਈ 10ਵੀਂ 12ਵੀਂ ਵਾਲੀ ਆ ਗਈ ਉਸ ਤੋਂ ਬਾਅਦ ਆ ਕੇ ਆ ਗਏ ਆਪਾਂ ਪਾਇਨੀਅਰ ਪਬਲਿਕ ਸਕੂਲ ਗੁਰਮੁਖ ਨਗਰ ਅਤੇ ਉੱਥੇ ਪੜ੍ਹਿਆ ਕਦੇ ਕਿਸੇ ਕੁੜੀ ਨੂੰ ਗਲਤ ਕਮੈਂਟ ਜਾਂ ਪ੍ਰਪੋਜ਼ ਤੱਕ ਕੀਤਾ ਹੋਵੇ ਜਾਂ ਰੋਕ ਕੇ ਜਾਂ ਕੁਛ ਗਲਤ ਕਦੇ ਬੋਲਿਆ ਹੋਵੇ ਠੀਕ ਆ ਪਲੀਜ਼ ਤੁਸੀਂ ਸਾਰੇ ਸੁਣ ਰਹੇ ਹੋ ਜੇ ਕੋਈ ਮੇਰਾ ਦੇਖੂਗਾ ਨਾ ਮੇਰਾ ਕੋਈ ਸਕੂਲਮੇਟ ਮੇਰਾ ਕੋਈ ਕਾਲਜਮੇਟ ਅਤੇ ਫਿਰ ਕਾਲਜ 'ਚ ਆ ਜਾਓ ਕਾਲਜ 'ਚ ਵੀ ਜੇ ਕਿਸੇ ਕੁੜੀ ਨੂੰ ਰੋਕ ਕੇ ਕਮੈਂਟ ਜਾਂ ਕਮੈਂਟ ਪਾਸ ਕੀਤਾ ਹੋਵੇ ਜਾਂ ਕੁਛ ਵੀ ਕੀਤਾ ਹੋਵੇ ਠੀਕ ਆ ਅਤੇ ਕਾਲਜ ਦੇ ਵਿੱਚ ਵੀ ਪੁੱਛ ਲਿਓ ਚਲੋ ਯੰਗ ਏਜ ਹੁੰਦੀ ਆ ਯਾਰ ਗੱਲਾਂ ਹੁੰਦੀਆਂ ਨੇ ਠੀਕ ਆ ਉਹ ਮੇਰੀਆਂ ਪਰਸਨਲ ਸੀਗੀਆਂ ਹੈ ਨਾ ਉਦੋਂ ਚਲੋ ਉਹ ਚੀਜ਼ਾਂ ਦੀ ਕੋਈ ਪਰਵਾਹ ਨਹੀਂ ਮਾਰਦਾ ਹੁੰਦਾ ਪਰ ਮੈਂ ਫਿਰ ਵੀ ਮੈਂ ਜਾਣੇ ਅਣਜਾਣੇ ਜਾਂ ਝੂਠ ਬੋਲ ਕੇ
ਕਦੇ ਕਿਸੇ ਨੂੰ ਫਸਾ ਕੇ ਜਾਂ ਉਹ ਕਰਕੇ ਕਦੇ ਇਹੋ ਜਿਹੀ ਗੱਲ ਨਹੀਂ ਕੀਤੀ। ਠੀਕ ਆ, ਜਿਹੜੇ ਮੇਰੇ ਬੈਚਮੇਟ ਨੇ ਸਭ ਜਾਣਦੇ, ਸਾਡੀਆਂ ਫਰੈਂਡਸ ਵੀ ਸੀਗੀਆਂ ਚੰਗੀਆਂ ਕੁੜੀਆਂ, ਹੈ ਨਾ। ਸੋ ਸਾਰੇ, ਸੋ ਕਹਿਣ ਦਾ ਮਤਲਬ ਵੀ ਕੋਈ ਕਹਿ ਦੇਵੇ ਆ ਕੇ ਵੀ ਅਰਸ਼ ਨਹੀਂ ਯਾਰ ਉਹ ਚੀਜ਼ ਕਰਤੀ ਸੀ, ਅਰਸ਼ ਨੇ ਯਾਰ ਉਹ ਨਹੀਂ ਕੀਤਾ, ਰੂਮ ਦੇ ਰੈਂਟ ਦੇ ਪੈਸੇ ਨਹੀਂ ਦਿੱਤੇ ਯਾਰ, ਵੀ ਅਰਸ਼ ਨੇ ਉਹ ਨਹੀਂ ਕੀਤਾ। ਠੀਕ ਆ, ਬਿਲਕੁਲ ਨਹੀਂ। ਮੇਰੇ ਬੈਚਮੇਟਸ ਨੇ, ਜਿਹੜੇ ਮੇਰੇ ਰੂਮਮੇਟਸ ਰਹੇ ਨੇ ਮੇਰੇ ਨਾਲ, ਪਲੀਜ਼ ਤੁਸੀਂ ਕਮੈਂਟ ਜ਼ਰੂਰ ਕਰਨੇ ਨੇ ਉੱਥੇ ਜਾ ਕੇ ਮੇਰੇ ਬਾਰੇ ਕਿ ਮੈਂ ਕਿੱਦਾਂ ਦਾ ਵੀਰੇ। ਠੀਕ ਹੈ, ਤੁਸੀਂ ਕਿਉਂਕਿ ਤੁਸੀਂ ਜਾਣਦੇ ਹੋ ਮੈਨੂੰ, ਤੁਸੀਂ ਮੇਰੇ ਨਾਲ ਰਹੇ ਹੋਏ ਹੋ। ਠੀਕ ਹੈ, ਠੀਕ ਹੈ। ਸੋ ਉਹ ਉਮਰਾਂ 'ਚ ਗਲਤੀਆਂ ਹੁੰਦੀਆਂ ਨੇ, ਪਰ ਆਪਾਂ ਕਦੇ ਇਹੋ ਜਿਹੀਆਂ ਚੀਪ ਗੱਲਾਂ ਨਹੀਂ ਕੀਤੀਆਂ ਲਾਈਫ ਦੇ। ਅਤੇ 100 ਗੱਲਾਂ ਹੁੰਦੀਆਂ ਸਾਲਾ, ਅੱਜ ਤੱਕ ਕੋਈ ਵੀ ਇੱਕ ਵੀ ਕੁੜੀ ਉੱਠ ਕੇ ਕਹਿ ਦੇਵੇ ਜੇ ਅੱਜ ਤੱਕ ਕਦੇ ਅਰਸ਼ ਬੈਨੀਪਾਲ ਨੇ ਉਹ ਤੋਂ ਪੈਸੇ ਲਏ ਹੋਣ। ਠੀਕ ਹੈ, ਕੋਈ ਵੀ ਪਲੀਜ਼। ਪਰ ਮੇਰੀ ਇੱਕ ਰਿਕੁਐਸਟ ਆ ਮੇਰੇ ਫਰੈਂਡਸ ਨੂੰ, ਫੈਨਸ ਨੂੰ, ਚਾਹੇ ਉਹ ਕੁੜੀਆਂ ਨੇ ਚਾਹੇ ਉਹ ਮੁੰਡੇ ਨੇ, ਜਿਹੜੇ ਮੇਰੇ ਨਾਲ ਖੜੇ ਨੇ, ਇੰਨਾ ਕੁ ਤਾਂ ਮਾਣ ਰੱਖਿਓ ਮੇਰੇ 'ਤੇ ਵੀ ਤੁਹਾਡੀ ਪਿੱਠ ਨਹੀਂ ਲੱਗਣ ਦਿੰਦਾ, ਆਈ ਲਵ ਯੂ ਸੋ। ਪਰ ਜਿਹੜੇ ਸਾਡੇ ਵਾਲੇ ਨੇ ਨਾ, ਸਾਡੇ ਵਾਲੇ ਜਿਹੜੇ ਮੇਰੇ ਨਾਲ ਵਰਤੇ ਨੇ, ਮੇਰੇ ਨਾਲ ਰਹੇ ਨੇ, ਮੇਰੇ ਸਕੂਲ ਤੋਂ ਜਿਹੜੇ ਸੀਗੇ, ਅੱਜ ਵੀ ਉਹੀ ਨੇ, ਲਿਮਿਟਡ ਰਹੇ ਨੇ। ਡੀ ਬੰਦਾ ਕਦੇ ਮੂੰਹ ਨਹੀਂ ਲਾਇਆ, ਮਤਲਬ ਡੀ ਗ੍ਰੇਡ, ਜਿਵੇਂ ਇਹ ਜਬਲਾਂ ਵਰਗਾ, ਇਹ ਡੀ ਮਾਈਨਸ ਆ ਜਾਂਦਾ। ਜਦੋਂ ਤੁਹਾਡੇ ਨਲੀਆਂ ਆਉਂਦੀਆਂ ਸੀ ਨਾ ਜਬਲੋ, ਉਦੋਂ ਮੈਂ ਆਸਟ੍ਰੇਲੀਆ ਸੀ, ਠੀਕ ਹੈ, ਤਿੰਨ ਤਿੰਨ ਕੰਮ ਕਰਦਾ ਸੀ, ਟਰੱਕ ਚਲਾਉਂਦਾ ਸੀ, CMB ਵੋਲਵੋ ਅਤੇ ਮੈਕ ਦੀ ਕੰਪਨੀ ਸੀ, ਉਹਦੇ ਐਜ਼ ਅ ਪੜ੍ਹੀ ਮੈਂ ਫਲਾਣੀ, ਮੈਂ ਮੈਜਿਸਟਰੇਟ, ਜੱਜ ਦਾ ਉਹਦਾ ਪਤਾ ਕਿੱਡਾ ਹੁੰਦਾ, ਇੱਕ ਆਨਰੇਬਲ ਅਹੁਦਾ ਉਹ ਜੱਜ, ਉਹ ਕਦੇ ਵੀ ਇਹ ਵਨ ਸਾਈਡਡ ਗੱਲ ਸੁਣ ਕੇ ਫੈਸਲੇ ਨਹੀਂ ਲੈਂਦੇ। ਹਾਸਾ ਆਉਂਦਾ ਤੇਰੇ 'ਤੇ, ਪੜ੍ਹੀ ਲਿਖੀ ਅਨਪੜ੍ਹਾਂ 'ਤੇ। ਠੀਕ ਹੈ, ਸੋ ਇਹ ਚੀਜ਼ ਸ਼ੇਮ ਔਨ ਯੂ ਗਰਲਸ। ਦੇਖੋ ਹੱਥ 'ਤੇ ਬਣਾਇਆ ਐਂ ਕਰਕੇ ਸ਼ੇਰ ਨਹੀਂ, ਨਾ ਮੂੰਹ ਦਿਖਾਇਆ ਪਤਾ ਨਹੀਂ ਕਿੱਦਾਂ, ਸ਼ੇਰ ਨਹੀਂ, ਨਾ ਬਣਾਓ, ਇਟਸ ਅ ਗੇਮ। ਪਹਿਲਾਂ ਓਪਨ ਸੀਗੀਆਂ ਆਈਡੀਆਂ ਇਹਨਾਂ ਦੀਆਂ, ਹੁਣ ਉਹ ਪ੍ਰਾਈਵੇਟ ਹੋ ਗਈਆਂ ਕਿ ਇਹਨਾਂ ਨੂੰ ਜੇ ਇਹਨਾਂ ਦੀ ਚੀਜ਼ ਤਾਂ ਦੇਖੋਗੇ ਜੇ ਇਹਨਾਂ ਨੂੰ ਫੋਲੋ ਕਰੋਗੇ। ਸੋ ਇਟਸ ਅ ਬਲੱਡੀ ਗੇਮ, ਇਹਨਾਂ ਕੋਲ ਨਾ ਜਾਓ। ਗੋ ਟੂ ਦਾ ਲਾਅ, ਗੋ ਟੂ ਦਾ ਕੋਰਟ, ਗੋ ਟੂ ਦਾ ਪੁਲਿਸ। ਇੱਥੇ ਆਹ ਕੰਟਰੀਆਂ 'ਚ ਰਹਿ ਕੇ ਵੀ ਆਪਾਂ ਇਹੋ ਜਿਹੀਆਂ ਚਬਲਾਂ ਦੇ ਪਿੱਛੇ ਲੱਗਣਾ, ਸ਼ੇਮ ਔਨ ਯੂ ਗਰਲਸ, ਵੇਟ ਐਂਡ ਵਾਚ। ਜਿਹੜੀ ਪੜ੍ਹੀ ਲਿਖੀ ਆ ਨਾ ਮੈਜਿਸਟਰੇਟ ਜੱਜ ਜਿਹੜੀ ਦੱਸਦੀ ਆ, ਉਹ ਐਡੇ ਅਹੁਦੇ ਦੀ ਤੂੰ ਬੇਇੱਜ਼ਤੀ ਕਰ ਰਹੀ ਹੈ। ਮੈਂ ਉੱਥੋਂ ਦੇ ਜੱਜਸ ਦਾ ਪੈਨਲ ਆ ਨਾ ਜਿਹੜਾ UK ਦਾ, ਉੱਥੇ ਆਊਂਗਾ ਅਤੇ ਉਹਨਾਂ ਨੂੰ ਤੇਰੀ ਦੱਸੂੰਗਾ ਜੀ, ਦਿਸ ਇਜ਼ ਦਿਸ ਦਿਸ ਐਂਡ ਦਿਸ ਗੋਇੰਗ ਔਨ, ਅਤੇ ਤੂੰ ਮੈਨੂੰ ਫੱਦੂ ਕਿਹਾ ਸੀ ਨਾ, ਉਹ ਬੇਅਕਲੇ, ਉਹ ਤੁਹਾਡਾ ਦੋਨਾਂ ਦਾ ਫੱਦੂ ਲਾ ਗਈ, ਕਿੱਥੇ ਮੂੰਹ ਲੁਕਾਵੋਂਗੀਆਂ ਤੁਸੀਂ। ਤੁਹਾਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ, ਤੁਹਾਨੂੰ ਮੈਂ ਕੀਤੀ ਨਾ, ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਲਿਸਨ ਗਰਲ, ਮੈਂ ਤੁਹਾਨੂੰ ਇਹ ਨਹੀਂ, ਥੋੜ੍ਹੀ ਮਿਹਨਤ ਨਹੀਂ ਸੀ ਕੀਤੀ, ਮੈਂ ਕਿਹਾ ਲਿਸਨ, ਮੈਂ ਤੇਰੀ ਮੈਨੂੰ ਚੈਟ 'ਤੇ ਆਇਆ ਸੀਗਾ ਕਿ ਤੂੰ ਮੈਨੂੰ ਲਿੰਕ ਭੇਜਿਆ, ਦੈਨ ਆਈ ਰਿਪਲਾਈਡ, ਮੈਂ ਕਿਹਾ ਯੂ ਰੀਲੀ ਥਿੰਕ ਆਈ ਡਿਡ ਦੈਟ, ਮੈਂ ਕਿਹਾ ਚਲੋ ਮੈਂ ਪੜ੍ਹਿਆ ਨਹੀਂ ਸੀ ਤੇਰੀ ਡਿਸਕ੍ਰਿਪਸ਼ਨ ਜੋ ਵੀ ਸੀਗਾ ਵੀ ਤੂੰ ਕੌਣ ਹੈ। ਮੈਨੂੰ ਆਇਆ ਸੀ ਵੀ ਚੱਲ ਕੋਈ ਅਕਾਊਂਟ ਹੈ, ਕੋਈ ਕੁੜੀ ਚੱਲ ਪੁੱਛ ਰਹੀ ਹੈ, ਮੈਂ ਆਂਸਰ ਦੇ ਦਾਂ, ਅਤੇ ਮੈਨੂੰ ਨਹੀਂ ਸੀ ਪਤਾ ਤੂੰ ਕੌਣ ਹੈ, ਮੈਨੂੰ ਆਈ ਡਿਡਨਟ ਈਵਨ ਨੋ ਹਾਊ ਟੂ ਪ੍ਰੋਨਾਂਸ ਯੂਰ ਨੇਮ ਮੈਨ, ਬਈ ਸ਼ਾਂਬਰ ਔਰ ਬੇਸ਼ਰਮ ਟਾਈਪ, ਮੈਂ ਇੱਦਾਂ ਦੀ ਮੈਨੂੰ ਸਮਝ ਨਹੀਂ ਲੱਗਿਆ, ਆਈ ਸਵੇਅਰ। ਠੀਕ ਹੈ ਨਾ, ਚਲੋ ਹੁਣ ਜ਼ਿਆਦਾ ਨਹੀਂ, ਬਸ ਬਹੁਤ ਹੈ, ਭਰਿਆ ਹੋਇਆ ਸੀ, ਭਰਿਆ ਵਾਲ ਭਰਿਆ ਹੋਇਆ, ਇਹ ਤਾਂ ਨਿਕਲਣ ਲੱਗ ਜਾਏ, ਵੇਟ ਐਂਡ ਵਾਚ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਆਪਣੇ ਕਮੈਂਟ ਕਰ ਜ਼ਰੂਰ ਦੱਸਣਾ ਕਿ ਤੁਹਾਨੂੰ ਕੀ ਲੱਗਦਾ ਹੈ, ਅਰਸ਼ ਬੈਨੀਪਾਲ ਸਹੀ ਹੈ ਜਾਂ ਉਸ ਉੱਪਰ ਸਰੀਰਕ ਸ਼ੋਸ਼ਣ ਦੇ ਆਰੋਪ ਲਾਉਣ ਵਾਲੀ ਲੜਕੀ। ਇਸ ਦੇ ਨਾਲ ਇਸ ਤਰ੍ਹਾਂ ਦੀਆਂ ਹਰ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ, ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।